ਨੋਵਲ ਇਵਾਨ ਦਾ 8ਵਾਂ ਅੰਗ ਨਾ ਦਿੱਤੀ ਨਹੀਂ ਮੈਂ ਨਹੀਂ ਦੇ ਸਕਦਾ ਸੀ ਮੈਨੂੰ ਕੋਈ ਹੱਕ ਨਹੀਂ ਸੀ ਇਹ ਛੁਰੀ ਕਿਸੇ ਨੂੰ ਦੇਣ ਦਾ ਇਹ ਨਿਸ਼ਾਨੀ ਸੀ ਮਰ ਗਏ ਦੋਸਤ ਦੀ ਇੱਕੋ ਇੱਕ ਨਿਸ਼ਾਨੀ ਪਰ ਮੈਂ ਆਪਣਾ ਵਚਨ ਪਾਲਿਆ ਡਿਵੀਜ਼ਨ ਦੀ ਅਸਲੇ ਦੀ ਵਰਕਸ਼ਾਪ ਚ ਇੱਕ ਵਧੀਆ ਕਾਰੀਗਰ ਫਿੱਟਰ ਦਾ ਕੰਮ ਕਰਦਾ ਸੀ ਸਨਤੀ ਯੁਰਾਲ ਤੋਂ ਇੱਕ ਬਡੇਰੀ ਉਮਰ ਦਾ ਸਰਜਾਂ ਪਿਛਲੀ ਬਸੰਤ ਚ ਉਹਨੇ ਕੋਸਤੀਆ ਦੀ ਚੁਰੀ ਦੀ ਮੁੱਠ ਤੇ ਖੁਣਾਈ ਦਾ ਕੰਮ ਕੀਤਾ ਸੀ ਮੈਂ ਉਹਨੂੰ ਆਖਿਆ ਕਿ ਉਸੇ ਤਰ੍ਹਾਂ ਦੀ ਮੁੱਠ ਬਣਾ ਦੇਵੇ ਤੇ ਨਵੀਂ ਨਕੋਰ ਚੁਰੀ ਨੂੰ ਲਾ ਦੇਵੇ ਜਿਹੜੀ ਮੈਂ ਉਹਨੂੰ ਦਿੱਤੀ ਸੀ ਮੈਂ ਸਿਰਫ ਉਹਨੂੰ ਆਖਿਆ ਹੀ ਨਹੀਂ ਸੀ ਸਗੋਂ ਲੜਾਈ ਚ ਲੁੱਟਿਆ ਜਰਮਨੀ ਦਾ ਬਣਿਆ ਟੂਲ ਬਕਸਾ ਵੀ ਲਿਆ ਦਿੱਤਾ ਸੀ ਜਿਸ ਚ ਬਾਂਕ ਵਰਮੇ ਤੇ ਛੇਣੀਆਂ ਸਨ ਮੈਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਸੀ ਤੇ ਉਹ ਖੁਸ਼ ਹੋ ਗਿਆ ਸੀ ਜਿਵੇਂ ਬੱਚਾ ਖੁਸ਼ ਹੁੰਦਾ ਹੈ ਉਹਨੇ ਬੜੀ ਸ਼ਾਨਦਾਰ ਮੁੱਠ ਤਿਆਰ ਕੀਤੀ ਸੀ ਤੇ ਕੋਸਤੀਆ ਦੀ ਚੁਰੀ ਦਾ ਇਸ ਛੁਰੀ ਨਾਲੋਂ ਸਿਰਫ ਇੱਕੋ ਫਰਕ ਸੀ ਕਿ ਇਸ ਧਾਰ ਉੱਤੇ ਦੰਦੇ ਨਹੀਂ ਸਨ ਤੇ ਉਹਦੀ ਮੁੱਠ ਉੱਤੇ ਮਾਲਕ ਦਾ ਨਾਮ ਖੁਣਿਆ ਹੋਇਆ ਸੀ ਕ ਹ ਮੈਂ ਕਲਪਨਾ ਕੀਤੀ ਕਿ ਕਿੰਡੀ ਸ਼ਾਨਦਾਰ ਮੁੱਠ ਵਾਲੀ ਛੁਰੀ ਲੈ ਕੇ ਮੁੰਡਾ ਕਿੰਨਾ ਖੁਸ਼ ਹੋਏਗਾ ਮੈਂ ਉਹਨੂੰ ਸਮਝਦਾ ਸਾਂ ਅਜੇ ਬਹੁਤਾ ਸਾਮਾਨੀ ਸੀ ਹੋਇਆ ਕਿ ਮੈਂ ਆਪ ਗਬਰੇਟ ਹੁੰਦਾ ਸਾਂ ਮੈਂ ਛੁਰੀ ਨੂੰ ਆਪਣੀ ਪੇਟੀ ਚ ਲਾ ਲਿਆ ਮੈਂ ਸੋਚ ਰਿਹਾ ਸਾਂ ਕਿ ਖੋਲਣ ਜਾਂ ਲੈਫਟੀਨੈਂਟ ਕਰਨਲ ਗਰੀਆਜ਼ ਨੋਬ ਨਾਲ ਜਦੋਂ ਵੀ ਮੇਰਾ ਮੇਲ ਹੋ ਗਿਆ ਇਹ ਉਹਨਾਂ ਦੇ ਹਵਾਲੇ ਕਰ ਦਵਾਂਗਾ ਇਵਾਨ ਨਾਲ ਆਪਣੀ ਮੁਲਾਕਾਤ ਹੋ ਜਾਣ ਦੀ ਮੈਨੂੰ ਕੋਈ ਆਸ ਨਹੀਂ ਸੀ ਇਸ ਵੇਲੇ ਉਹ ਕਿੱਥੇ ਹੋਏਗਾ ਉਸ ਬਾਰੇ ਸੋਚ ਕੇ ਮੈਨੂੰ ਖਿਆਲ ਆਉਂਦਾ ਇਹ ਬੜੇ ਜੋਸ਼ ਖਰੋਸ਼ ਦੇ ਦਿਨ ਸਨ ਸਾਡੇ ਆਮੀ ਦੀਆਂ ਰਿਵੀਜ਼ਨਾਂ ਦਨੀਪਰ ਨੂੰ ਦਨੀਪਰ ਨੂੰ ਪਾਰ ਕਰ ਰਹੀਆਂ ਸਨ ਤੇ ਜਿਵੇਂ ਕਿ ਸੂਚਨਾ ਵਿਭਾਗ ਦੇ ਕਮਿਊਨਿਕੇ ਵਿੱਚ ਖਬਰ ਦਿੱਤੀ ਗਈ ਸੀ ਸੱਜੇ ਕੰਡੇ ਉੱਤੇ ਕਬਜ਼ੇ ਦੇ ਇਲਾਕੇ ਨੂੰ ਵਿਸ਼ਾਲ ਕਰਨ ਲਈ ਸਫਲ ਲੜਾਈਆਂ ਲੜ ਰਹੀਆਂ ਸਨ ਮੈਂ ਛੁਰੀ ਦੀ ਕੋਈ ਵਰਤੋਂ ਨਹੀਂ ਸੀ ਕੀਤੀ ਹੈ ਠੀਕ ਹੈ ਕਿ ਇੱਕ ਵਾਰੀ ਦੂ ਬਦੂ ਲੜਾਈ 'ਚ ਮੈਂ ਹੈంబਰਗ ਦੇ ਚੋਬਰ ਕਰਪੋਰਲ ਉਤੇ ਇਹਨੂੰ ਵਰਤਿਆ ਸੀ ਕਿਉਂਕਿ ਜੇ ਮੈਂ ਨਾ ਇਸ ਤਰ੍ਹਾਂ ਕਰਦਾ ਤਾਂ ਉਹਨੇ ਆਪਣੇ ਬੇਲਚੇ ਨਾਲ ਮੇਰਾ ਸਿਰ ਪਾੜ ਦੇਣਾ ਸੀ ਜਰਮਨਾ ਨੇ ਜਾਨ ਤੋੜ ਕੇ ਮੁਕਾਬਲਾ ਕੀਤਾ 8 ਦਿਨ ਚੜਾਈ ਦੀਆਂ ਸਖਤ ਲੜਾਈਆਂ ਤੋਂ ਬਾਅਦ ਸਾਨੂੰ ਸੁਰੱਖਿਆ ਮੋਰਚੇ ਸੰਭ ਲੈਣ ਦੇ ਹੁਕਮ ਆ ਗਿਆ ਉਦੋਂ ਹੀ ਸ਼ੁਰੂ ਨਵੰਬਰ ਦੇ ਠੰਡ ਵਾਲੇ ਕੁਝਲੇ ਦਿਨ ਇਨਕਲਾਬ ਦੇ ਤਿਉਹਾਰ ਦੇ ਮੌਕੇ ਲੈਫਟੀਨੈਂਟ ਕਰਨਲ ਗਰੀਆ ਜ਼ਨੂਬ ਨਾਲ ਮੇਰਾ ਮੇਲ ਹੋ ਗਿਆ। ਦਰੇ ਮੈਂ ਅਨੇ ਕੱਦ ਤੇ ਗਠਵੀਂ ਸਰੀਰ ਉੱਤੇ ਵੱਡੇ ਸਿਰ ਵਾਲਾ ਆਦਮੀ। ਵੱਡਾ ਕੋਟ ਤੇ ਕੰਨ ਪਟੀਆਂ ਵਾਲੀ ਫਰ ਦੀ ਟੋਪੀ ਪਾਈ। ਆਪਣੀ ਸੱਜੀ ਲੱਤ ਨੂੰ ਮਾੜਾ ਜਿਹਾ ਖੀਟ ਕੇ ਜਿਹੜੀ ਫਿਨਲੈਂਡ ਦੀ ਲੜਾਈ ਵੇਲੇ ਜ਼ਖਮੀ ਹੋ ਗਈ ਸੀ। ਸੜਕ ਕੰਡੇ ਟਹਿਲ ਰਿਹਾ ਸੀ। ਮੈਂ ਜਿਵੇਂ ਉਸ ਜੰਗਲ ਦੇ ਕਿਨਾਰੇ ਆਇਆ ਜਿੱਥੇ ਮੇਰੀ ਬਟਾਲੀਅਨ ਦੀ ਰਹਿਨ ਖੁੰਦ ਟਿਕੀ ਹੋਈ ਸੀ ਮੈਂ ਉਹਨੂੰ ਦੂਰੋਂ ਹੀ ਪਛਾਣ ਲਿਆ ਸੀ ਹੁਣ ਮੈਂ ਪੂਰੇ ਹੱਕ ਨਾਲ ਮੇਰੀ ਬਟਾਲੀਅਨ ਕਹਿ ਸਕਦਾ ਸੀ ਕਿਉਂਕਿ ਦਰਿਆ ਪਾਰ ਕਰਨ ਤੋਂ ਪਹਿਲਾਂ ਮੈਨੂੰ ਪੱਕੇ ਤੌਰ ਤੇ ਬਟਾਲੀਅਨ ਕਮਾਂਡਰ ਥਾਪ ਦਿੱਤਾ ਗਿਆ ਸੀ ਜੰਗਲ ਵਿੱਚ ਜਿੱਥੇ ਅਸੀਂ ਟਿਕੇ ਹੋਏ ਸਾਂ ਸ਼ਾਂਤੀ ਸੀ ਜ਼ਮੀਨ ਕੱਕਰ ਜੰਮੇ ਪੱਤਿਆਂ ਨਾਲ ਕੱਜੀ ਹੋਈ ਸੀ ਤੇ ਇਸ ਥਾਂ ਤੇ ਘੋੜੇ ਦੀ ਲਿੱਦ ਤੇ ਪਿਛਾਦ ਦੀ ਮੁਸ਼ਕੌਂਦੀ ਸੀ ਇਸ ਹਲਕੇ 'ਚ ਪਾੜ ਖੋਲਣ ਵਿੱਚ ਕਜ਼ਾਕ ਘੋੜਸਵਾਰਾਂ ਦੀ ਇੱਕ ਦਸੇ ਨੇ ਹਿੱਸਾ ਲਿਆ ਸੀ ਤੇ ਇਸ ਜੰਗਲ 'ਚ ਉਹਨਾਂ ਨੇ ਡੇਰਾ ਲਾਇਆ ਹੋਇਆ ਸੀ ਘੋੜਿਆਂ ਤੇ ਗਊਆਂ ਦੀ ਮੁਸ਼ਕ ਮੇਰੇ ਮਨ 'ਚ ਬਚਪਨ ਤੋਂ ਹੀ ਸਜਰੇ ਦੁੱਧ ਤੇ ਤੰਦੂਰ ਵਿੱਚੋਂ ਕੱਢੀ ਗਰਮ-ਗਰਮ ਰੋਟੀ ਦੀ ਮਹਿਕ ਨਾਲ ਜੁੜੀ ਹੋਈ ਸੀ ਮੇਰੇ ਮਨ 'ਚ ਪਿੰਡ ਦੀਆਂ ਯਾਦਾਂ ਜਾਗ ਪਈਆਂ ਜਿੱਥੇ ਬਾਲਵਰੇਸਟ ਮੈਂ ਹਰ ਸਾਲ ਆਪਣੀ ਨਾਨੀ ਕੋਲ ਜਾਇਆ ਕਰਦਾ ਸੀ ਮੇਰੀ ਨਾਨੀ ਬੜੀ ਕਮਜ਼ੋਰ ਜੀ ਮਧਰੇ ਕਾਦੀ ਬੁੱਢੀ ਔਰਤ ਸੀ ਜਿਹੜੀ ਮੇਰੇ ਤੋਂ ਸਦਕੇ ਜਾਂਦੀ ਹੁੰਦੀ ਸੀ ਇਹ ਕੋਈ ਬਹੁਤੀ ਪੁਰਾਣੀ ਗੱਲ ਨਹੀਂ ਸੀ ਕਰਤਾ ਵੀ ਜਾਪਦਾ ਸੀ ਕਿ ਇਹ ਹੁਣ ਬਹੁਤ ਦੂਰ ਦੀ ਗੱਲ ਹੈ ਬਹੁਤ ਦੂਰ ਦੀ ਜਿਹੜੀ ਮੁੜ ਕਦੇ ਨਹੀਂ ਹੋ ਸਕਦੀ ਜਿਵੇਂ ਲੜਾਈ ਤੋਂ ਪਹਿਲਾਂ ਦੀ ਕੋਈ ਵੀ ਗੱਲ ਮੁੜ ਕਦੇ ਨਹੀਂ ਹੋ ਸਕਦੀ ਜਿਉ ਹੀ ਮੈਂ ਜੰਗਲ ਚੋਂ ਬਾਹਰ ਨਿਕਲਿਆ ਬਚਪਨ ਦੀਆਂ ਇਹ ਆਦਾਂ ਵਿਸਰ ਗਈਆਂ ਸੜਕ ਉੱਤੇ ਜਰਮਨ ਗੱਡੀਆਂ ਦੀ ਕੜਮਸ ਪਈ ਹੋਈ ਸੀ ਕੁਝ ਸੜੀਆਂ ਹੋਈਆਂ ਕੁਝ ਟੁੱਟ ਭੱਜ ਗਈਆਂ ਕੁਝ ਵੈਸੇ ਹੀ ਉੱਥੇ ਛੱਡ ਦਿੱਤੀਆਂ ਗਈਆਂ ਸੜਕ ਦੇ ਆਸ-ਪਾਸ ਤੇ ਖਾਈਆਂ 'ਚ ਜਰਮਨ ਲਾਸ਼ਾਂ ਵਿਛੀਆਂ ਪਈਆਂ ਸਨ ਕੋਈ ਕਿਸੇ ਰੁੱਖ ਕੋਈ ਕਿਸੇ ਰੁੱਖ ਖਆਂਿਆਂ ਖੰਦਕਾਂ ਵਾਲੇ ਮੈਦਾਨ 'ਚ ਥਾਂ-ਪੁਰ ਥਾਂ ਲਾਸ਼ਾਂ ਦੇ ਢੇਰ ਲੱਗੇ ਸਨ ਸੜਕ ਵਿੱਚ ਲੈਫਟਿਨੈਂਟ ਕਰਨਲ ਗਰੀਆਜ਼ਨੋਵ ਤੋਂ ਕੋਈ 50 ਕਿਲੋਮੀਟਰ ਦੂਰ ਉਹਦੇ ਡਰਾਈਵਰ ਤੇ ਦੋ ਪਾਸ਼ੀਆ ਜਿਹਦੇ ਮੋਢਿਆਂ ਉੱਤੇ ਲੈਫਟਿਨੈਂਟ ਦੀਆਂ ਫੀਤੀਆਂ ਸਨ ਜਰਮਨ ਹੈੱਡਕੁਆਟਰ ਦੀ ਬਖਤਰਬੰਦ ਗੱਡੀ ਨੂੰ ਕੁਝ ਕਰਨ 'ਚ ਰੁੱਝੇ ਹੋਏ ਸਨ ਚਾਰ ਜਣੇ ਹੋਰ ਜਿਨ੍ਹਾਂ ਨੇ ਦੇ ਰੈਂਕ ਦਾ ਮੈਨੂੰ ਪਤਾ ਨਹੀਂ ਸੀ ਲੱਗ ਸਕਿਆ ਸੜਕ ਦੇ ਦੂਜੇ ਪਾਸੇ ਖੰਦਕਾਂ ਦੀ ਫੋਲੋਫਾਲੀ ਕਰ ਰਹੇ ਸਨ ਲੈਫਟਿਨੈਂਟ ਕਰਨਲ ਉੱਚੀ ਆਵਾਜ਼ ਤੋਂ ਉਹਨਾਂ ਨੂੰ ਖੁਜ ਆਖ ਰਿਹਾ ਸੀ ਪਰ ਹਵਾ ਦਾ ਸਦਕਾ ਮੈਨੂੰ ਕੁਝ ਸਮਝ ਨਹੀਂ ਸੀ ਆ ਸਕੀ ਜਦੋਂ ਮੈਂ ਨੇੜੇ ਪੁੱਜਾ ਤਾਂ ਗਰਿਆ ਸੁਨੋ ਨੇ ਸਾਵਲਾ ਮਾਤਾ ਦੇ ਦਾਗਾਂ ਵਾਲਾ ਭਾਰਾ ਜਿਹਾ ਚਿਹਰਾ ਮੇਰੇ ਵੱਲ ਕੀਤਾ ਤੇ ਖਰਵੀ ਆਵਾਜ਼ 'ਚ ਚੀਕ ਉੱਠਿਆ ਜਿਸ 'ਚੋਂ ਹੈਰਾਨੀ ਜਾਂ ਖੁਸ਼ੀ ਟਪਕਦੀ ਸੀ ਗਾਲ ਸੇਤ ਤੋਂ ਜਿਉਂਦਾ ਹੈ ਜਿਉਂਦਾ ਤੇ ਛਾਲਾ ਮਾਰਦਾ ਫਿਰਦਾ ਮੈਂ ਮੁਸਕਰਾਇਆ ਤੇਰੀ ਸੁਖ ਮੰਗਦਾ ਕੀ ਹਾਲ ਚਾਲ ਹੈ ਬੜੀ ਖੁਸ਼ੀ ਹੋਈ ਮਿਲ ਕੇ ਮੈਂ ਉਹਦੇ ਵੱਡੇ ਹੱਥ ਨਾਲ ਹੱਥ ਮਿਲਾਇਆ ਤੇ ਪੱਕ ਕਰਨ ਲਈ ਕਿ ਕੋਈ ਲਾਗੇ ਨਾ ਹੋਵੇ ਜੋ ਫੇਰੇ ਨਜ਼ਰ ਮਾਰ ਕੇ ਮੈਂ ਪੁੱਛਿਆ ਕਾਮਰੇਡ ਲੈਫਟੀਨੈਂਟ ਕਰਨਲੀ ਗੱਲ ਪੁੱਛਾ ਇਵਾਨ ਦਾ ਕੀ ਹਾਲ ਹੈ ਵਾਪਸ ਆ ਗਿਆ ਇਵਾਨ ਕਿਹੜਾ ਇਵਾਨ ਉਹ ਮੁੰਡਾ ਬੋਂਦਾ ਰੀ ਤੇਰਾ ਕੀ ਮਤਲਬ ਇਸ ਨਾਲ ਆ ਗਿਆ ਜਾਂ ਨਹੀਂ ਆਪਣੀਆਂ ਕਾਲੀਆਂ ਖੱਤਰੀਆਂ ਅੱਖਾਂ ਨਾਲ ਘੂਰ ਕੇ ਮੇਰੇ ਵੱਲ ਵੇਖਦਿਆਂ ਕਰਿਆ ਜ਼ਨੋਵ ਨੇ ਆਖਿਆ ਮੈਂ ਪਾਰ ਜਾਂਚੋਂ ਦੀ ਮਦਦ ਕੀਤੀ ਸੀ ਜਾਣਦੇ ਉਸ ਗੱਲ ਦਾ ਇਸ ਨਾਲ ਕੀ ਵਾਸਤਾ ਹਰ ਇੱਕ ਨੌਕਰੀ ਨੂੰ ਗੱਲ ਦਾ ਪਤਾ ਹੋਣਾ ਚਾਹੀਦਾ ਜਿੰਨੀ ਦੀ ਲੋੜ ਹੋਵੇ ਫੌਜੀ ਜੀਵਨ ਦਾ ਇਹ ਕਾਨੂੰਨ ਹੈ ਖਾਸ ਕਰਕੇ ਖੂਫੀਆ ਮਹਿਕਮੇ ਦਾ ਪਰ ਮੈਂ ਗੱਲ ਸਰਕਾਰੀ ਤੌਰ ਤੇ ਨਹੀਂ ਪੁੱਛਦਾ ਇਹ ਖਾਲਸ ਜਾਤੀ ਮਾਮਲਾ ਹੈ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਹੈ ਮੈਂ ਉਹਦੇ ਨਾਲ ਇਹਦਾ ਵਾਅਦਾ ਕੀਤਾ ਸੀ ਮੈਂ ਆਪਣੇ ਕੋਟ ਦੇ ਬਟਨ ਖੋਲੇ ਆਪਣੀ ਪੇਟੀ ਨਾਲੋਂ ਚੁਰੀ ਲਈ ਤੇ ਗਰੀਆਜ਼ ਨੂੰ ਫੜਾ ਦਿੱਤੀ ਮਿਹਰਬਾਨੀ ਕਰਕੇ ਉਹਨੂੰ ਦੇ ਦੇਣਾ ਕਾਸ਼ ਤੁਹਾਨੂੰ ਪਤਾ ਹੁੰਦਾ ਕਿ ਕਿਵੇਂ ਇਹਨੂੰ ਲੈਣ ਵਾਸਤੇ ਉਹਦਾ ਜੀ ਕਰਦਾ ਸੀ ਮੈਨੂੰ ਪਤਾ ਹੈ ਗਲਤ ਸੇ ਪਤਾ ਹੈ ਲੈਫਟੀਨੈਂਟ ਕਰਨਲ ਨੇ ਛੁਰੀ ਨੂੰ ਫੜ ਕੇ ਉਸ ਵੱਲ ਵੇਖਦੇ ਹਵਾ ਕਾ ਲਿਆ ਮਾੜੀ ਨਹੀਂ ਪਰ ਮੈਂ ਇਹ ਤੋਂ ਵੀ ਚੰਗੀਆਂ ਵੇਖੀਆਂ ਨੇ ਉਹਦੇ ਕੋਲ ਜੇ ਬਹੁਤੀਆਂ ਨਹੀਂ ਤੇ ਦਰਜਨ ਕੋ ਇਹੋ ਜੀਆਂ ਛੁਰੀਆਂ ਹੋਣਗੀਆਂ ਉਹਨੇ ਡੱਬਾ ਭਰਿਆ ਹੋਇਆ ਵੇਖੇ ਨਾ ਇਹਨਾਂ ਨਾਲ ਉਹਨੂੰ ਬੜਾ ਮੋਹ ਹੈ ਇਹ ਉਮਰ ਏਸੀ ਹੈ ਗਬਰੇਟ ਕੋਲੋਂ ਹਾਰ ਹੋਰ ਕੀ ਆਸ ਹੋ ਸਕਦੀ ਹੈ ਠੀਕ ਹੈ ਜੇ ਮਿਲ ਪਿਆ ਤਾਂ ਦੇ ਦੇਵਾਂਗਾ ਫਿਰ ਉਹ ਆਇਆ ਨਹੀਂ ਵਾਪਸ ਮੈਂ ਕਬਰਾਟ ਨਾਲ ਪੁੱਛਿਆ ਆ ਗਿਆ ਸੀ ਫਿਰ ਚਲਾ ਗਿਆ ਆਪੇ ਚਲਾ ਗਿਆ ਉਹ ਕਿਸ ਤਰ੍ਹਾਂ ਗਰੇਜ ਨੇ ਉਹਨੇ ਤੇਉੜੀ ਚੜਾ ਲਈ ਤੇ ਚੁੱਪ ਕਰਕੇ ਦੂਰ ਖਲਾਅ ਚ ਚਾਕਣ ਲੱਗਾ ਫਿਰ ਉਹਨੇ ਭਾਰੀ ਕੱਗੀ ਆਵਾਜ਼ ਕੋਲੀ ਦੀ ਆਖਿਆ ਅਸੀਂ ਉਹਨੂੰ ਸਕੂਲ ਭੇਜਣਾ ਸੀ ਤੇ ਉਹ ਮੰਨ ਗਿਆ ਲੱਗਦਾ ਸੀ ਸਵੇਰੇ ਉਹਦੇ ਵਾਸਤੇ ਅਸੀਂ ਸਾਰੇ ਕਾਗਜ਼ ਪੱਤਰ ਤਿਆਰ ਕਰਨੇ ਸਨ ਪਰ ਉਹ ਰਾਤ ਵੇਲੇ ਨਿਕਲ ਗਿਆ ਉਹਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਮੈਂ ਉਹਨੂੰ ਜਾਣਦਾ ਇੱਕ ਲੰਮੀ ਕਹਾਣੀ ਹੈ ਤੇ ਤੈਨੂੰ ਜਾਣਨ ਦੀ ਲੋੜ ਨਹੀਂ ਉਹਨੇ ਆਪਣਾ ਵੱਡਾ ਸਾਰਾ ਦਾਗਾਂ ਵਾਲਾ ਚਿਹਰਾ ਮੇਰੇ ਵੱਲ ਕੀਤਾ ਚਿਹਰੇ ਤੇ ਗੰਭੀਰਤਾ ਤੇ ਸੋਚਾਂ ਦਾ ਪਰਛਾਵਾਂ ਸੀ ਉਦੇ ਅੰਦਰ ਦੀ ਨਫ਼ਰਤ ਅਜੇ ਮਰੀ ਨਹੀਂ ਸੀ। ਉਹਨੂੰ ਚੈਨ ਨਹੀਂ ਸੀ ਆਉਂਦਾ। ਹੋ ਸਕਦਾ ਉਹ ਆ ਜਾਵੇ ਪਰ ਬਹੁਤ ਮਮਕਨ ਹੈ ਕਿ ਉਹ ਛਾਪੇ ਮਾਰਾਂ ਵਿੱਚ ਜਾ ਰਲੇ। ਮੈਂ ਤੈਨੂੰ ਸਲਾਹ ਦੇਵਾਂਗਾ। ਤੂੰ ਉਹਨੂੰ ਭੁੱਲ ਜਾ ਤੇ ਅੱਗੋਂ ਲਈ ਇਹ ਯਾਦ ਰੱਖੀ ਸਫ ਬੰਦੀਆਂ ਦੇ ਪਿੱਛੇ ਗਏ ਸਾਡੇ ਬੰਦਿਆਂ ਬਾਰੇ ਕੋਈ ਸਵਾਲ ਨਹੀਂ ਪੁੱਛਣਾ। ਉਹਨਾਂ ਬਾਰੇ ਜਿੰਨੀ ਘੱਟ ਗੱਲ ਕੀਤੀ ਜਾਏ, ਜਿੰਨੇ ਘੱਟ ਲੋਕਾਂ ਨੂੰ ਉਹਦੇ ਬਾਰੇ ਪਤਾ ਹੋਵੇ, ਉੰਨੀ ਲੰਮੀ ਉਹਨਾਂ ਦੀ ਜ਼ਿੰਦਗੀ। ਤੇਰੇ ਸਬਬੋਂ ਉਹਦੇ ਨਾਲ ਮੇਲ ਹੋ ਗਿਆ ਸੀ ਤੇ ਮੈਨੂੰ ਮਾਫ਼ ਕਰੀ। ਇਹ ਗੱਲ ਸਮਝਿਆ ਜਾਂਦਾ ਹੈ ਕਿ ਤੈਨੂੰ ਉਹਦੇ ਬਾਰੇ ਕਿਸੇ ਗੱਲ ਦਾ ਕੁਝ ਪਤਾ ਨਹੀਂ ਇਸ ਲਈ ਮਿਹਰਬਾਨੀ ਕਰਕੇ ਅਗੋਂ ਯਾਦ ਰੱਖੀ ਤੂੰ ਕਿਸੇ ਬੌਂਦਾ ਰੇਵ ਨੂੰ ਨਹੀਂ ਜਾਣਦਾ ਅਜੇ ਆ ਕੋਈ ਬੰਦਾ ਹੈ ਹੀ ਨਹੀਂ ਤੇ ਤੂੰ ਨਾ ਕਦੇ ਉਹਨੂੰ ਵੇਖਿਆ ਨਾ ਉਹਦੇ ਬਾਰੇ ਕੁਝ ਸੁਣਿਆ ਤੇ ਤੂੰ ਦਰਿਆ ਪਾਰ ਕਰਨ 'ਚ ਕਿਸੇ ਦੀ ਮਦਦ ਨਹੀਂ ਕੀਤੀ ਇਸ ਲਈ ਪੁੱਛਣ ਵਾਸਤੇ ਕੋਈ ਸਵਾਲ ਹੀ ਨਹੀਂ ਰਹਿ ਜਾਂਦਾ ਸਮਝਿਆ ਤੇ ਮੈਂ ਕੋਈ ਹੋਰ ਸਵਾਲ ਨਹੀਂ ਪੁੱਛਿਆ ਕੋਈ ਸੀ ਨਹੀਂ ਜਿਸ ਬਾਰੇ ਕੁਝ ਪੁੱਛਿਆ ਜਾਵੇ ਥੋੜੇ ਚਿਰ ਮਗਰੋਂ ਖੋਲ ਲੇਨ ਜਸੂਸੀ ਕਰਨ ਗਿਆ ਮਾਰਿਆ ਗਿਆ ਸੀ ਇੱਕ ਦਿਨ ਸਰਗੀ ਵੇਲੇ ਦੇ ਖਸਮਸੇ ਚੋ ਦੀ ਟੋਲੀ ਦੀ ਘਾਤ ਲਾ ਕੇ ਬੈਠੇ ਜਰਮਨ ਸੈਨਿਕਾਂ ਨਾਲ ਝੜਪ ਹੋ ਗਈ ਤੇ ਮਸ਼ੀਨ ਗੰਦੀਆਂ ਗੋਲੀਆਂ ਨੇ ਖੋਲ ਲੈਂਦੀਆਂ ਦੋਵੇਂ ਲੱਤਾਂ ਛਣ ਨਹੀਂ ਕਰ ਦਿੱਤੀਆਂ ਉਹਨੇ ਆਪਣੇ ਬੰਦਿਆਂ ਨੂੰ ਪਿੱਛੇ ਹਟ ਜਾਣ ਦਾ ਹੁਕਮ ਦਿੱਤਾ ਕਿ ਆਪ ਆਖਰੀ ਦਮ ਤੱਕ ਦੁਸ਼ਮਨ ਦਾ ਰਾਹ ਰੋਕ ਛੱਡਿਆ ਤੇ ਜਦੋਂ ਕਾਬੂ ਆਇਆ ਤਾਂ ਉਹਨੇ ਟੈਂਕ ਮਾਰ ਗਰਨੇਡ ਚਲਾ ਦਿੱਤਾ ਤੇ ਲੈਫਟੀਨੈਂਟ ਕਰਨਲ ਗਰੀਅਜ਼ ਨੂੰ ਉਹਦੀ ਬਦਲੀ ਕਿਸੇ ਹੋਰ ਆਮੀ ਹੈੱਡਕੁਆਟਰ ਚ ਹੋ ਗਈ ਤੇ ਮੇਰਾ ਉਹਦੇ ਨਾਲ ਫੇਰ ਕਦੇ ਮੇਲ ਨਹੀਂ ਹੋਇਆ ਪਰ ਕੁਦਰਤੀ ਮੈਂ ਇਵਾਨ ਨੂੰ ਨਹੀਂ ਭੁਲਾ ਸਕਦਾ ਸੀ ਜਿਵੇਂ ਕਿ ਲੈਫਟੀਨੈਂਟ ਕਰਨਲ ਨੇ ਮੈਨੂੰ ਸਲਾਹ ਦਿੱਤੀ ਸੀ ਮੈਨੂੰ ਉਸ ਨਿੱਕੇ ਜਿਹੇ ਜਸੂਸ ਦਾ ਅਕਸਰ ਖਿਆਲ ਆ ਜਾਂਦਾ ਸੀ ਪਰ ਮੈਂ ਕਦੇ ਵੀ ਇਹ ਨਹੀਂ ਸੀ ਸੋਚਿਆ ਕਿ ਮੇਰਾ ਉਹਦੇ ਨਾਲ ਕਿਸੇ ਵੇਲੇ ਮੇਲ ਹੋ ਜਾਏਗਾ ਤੇ ਉਹਦੀ ਹੋਂਦ ਬਾਰੇ ਕੁਝ ਪਤਾ ਲੱਗ ਜਾਏਗਾ ਅਖੀਰਲਾ ਅੰਗ 9 ਕੋਵੇਲ ਦੀ ਲੜਾਈ ਸਮੇਂ ਮੈਂ ਬੁਰੀ ਤਰ੍ਹਾਂ ਫੱਟੜ ਹੋ ਗਿਆ ਤੇ ਸੀਮਤ ਯੋਗਤਾ ਵਾਲਾ ਬਣ ਕੇ ਰਹਿ ਗਿਆ ਹੈਡਕੁਆਰਟਰ ਚ ਜੰਪਿਛਵਾੜੇ ਵਿੱਚ ਗੈਰ ਲੜਾਕੇ ਫੌਜੀ ਕਰਮਚਾਰੀ ਦੀ حیثیت ਵਿੱਚ ਕੰਮ ਕਰਨ ਵਾਲਾ ਮੈਨੂੰ ਆਪਣੀ ਬਟਾਲੀਅਨ ਤੇ ਆਪਣੀ ਡਿਵੀਜ਼ਨ ਨੂੰ ਅਲਵਿਦਾ ਕਹਿਣਾ ਪਿਆ ਜੰਗ ਦੇ ਆਖਰੀ 6 ਮਹੀਨਿਆਂ ਦੌਰਾਨ ਮੈਂ ਉਸੇ ਪਹਿਲੇ ਬੇਲੋਰੂਸੀ ਮੁਹਾਸਲੇ ਪਰ ਕਿਸੇ ਹੋਰ ਆਮੀ ਵਿੱਚ ਖੁਸ਼ੀਆਂ ਕੂਰ ਵਿੱਚ ਦੁਪਾਸ਼ੀ ਦਾ ਕੰਮ ਕੀਤਾ ਸੀ ਜਦੋਂ ਬਰਲਿਨ ਦੀ ਲੜਾਈ ਸ਼ੁਰੂ ਹੋਈ ਤਾਂ ਮੈਨੂੰ ਤੇ ਦੋ ਹੋਰ ਅਫਸਰਾਂ ਨੂੰ ਫੌਜੀ ਕਾਰਵਾਈ ਕਰਨ ਵਾਲੇ ਇੱਕ ਗਰੁੱਪ ਨਾਲ ਭੇਜਿਆ ਗਿਆ ਜਿਹੜਾ ਜਰਮਨ ਮਹਾਫਜ਼ ਖਾਨੇ ਦੇ ਦਸਤਾਵੇਜ਼ਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਰੂਪ ਚ ਜਥੇਬੰਦ ਕੀਤਾ ਗਿਆ ਸੀ ਬਰਲਿਨ ਨੇ 2 ਮਈ ਨੂੰ ਦਿਨ ਦੇ 3 ਵਜੇ ਹਥਿਆਰ ਸੁੱਟ ਦਿੱਤੇ ਸਨ ਉਹਨਾਂ ਇਤਿਹਾਸਿਕ ਪਲਾਂ ਸਮੇਂ ਸਾਡਾ ਗਰੁੱਪ ਸ਼ਹਿਰ ਦੇ ਕੇਂਦਰੀ ਇਲਾਕੇ ਚ ਪ੍ਰਿੰਸ ਅਲਬ੍ਰੇਖਟ ਸ਼ਟਰਾਸ ਦੀ ਅੱਧ ਟੱਠੀ ਇਮਾਰਤ ਵਿੱਚ ਸੀ ਇਤੇ ਹਾਲੇ ਕੁਝ ਚਿਰ ਪਹਿਲਾਂ ਜਰਮਨ ਗੁਪਚਰ ਪੁਲਿਸ ਗੇਸਟਾਪੋ ਦਾ ਹੈੱਡਕੁਆਟਰ ਸੀ ਜਿਵੇਂ ਕਿ ਉਮੀਦ ਸੀ ਬਹੁਤ ਸਾਰੀਆਂ ਦਸਤਾਵੇਜ਼ਾਂ ਉੱਥੋਂ ਚੁੱਕ ਲਈਆਂ ਗਈਆਂ ਸਨ ਜਾਂ ਬਰਬਾਦ ਕਰ ਦਿੱਤੀਆਂ ਸਨ ਸਿਰਫ ਸਭ ਤੋਂ ਉੱਪਰਲੀ ਤੀਜੀ ਮੰਜ਼ਲ ਵਿੱਚ ਹੀ ਸਾਡੇ ਬੰਦਿਆਂ ਨੂੰ ਫਾਈਲਾਂ ਵਾਲੀਆਂ ਅਲਮਾਰੀਆਂ ਤੇ ਇੱਕ ਵੱਡਾ ਸਾਰਾ ਕਾਰਡ ਇੰਡੈਕਸ ਮਿਲਿਆ ਜਿਹੜਾ ਸਹੀ ਸਲਾਮਤ ਸੀ ਟੌਮੀ ਗੰਨਾਵਾਲੇ ਜਵਾਨਾਂ ਨੇ ਜਿਹੜੀ ਇਮਾਰਤ ਵਿੱਚ ਸਭ ਤੋਂ ਪਹਿਲਾਂ ਦਾਖਲ ਹੋਏ ਸਨ ਖਿੜਕੀ ਵਿੱਚੋਂ ਖੁਸ਼ੀ ਦੀਆਂ ਕਲਕਾਰੀਆਂ ਮਾਰ ਕੇ ਇਸ ਵੱਡੇ ਖਜ਼ਾਨੇ ਦਾ ਐਲਾਨ ਕੀਤਾ ਕਾਮਰੇਡ ਕਪਤਾਨ ਬਾਰਵੇੜੇ ਦੇ ਟਰੱਕ ਕਾਗਜ਼ਾਂ ਦਾ ਭਰਿਆ ਪਿਆ ਸਾਹੂ ਸਾਹ ਹੋਏ ਇੱਕ ਚੌੜੀ ਚਕਲੀ ਛਾਤੀ ਵਾਲੇ ਠਿਕਨੇ ਸੈਨਿਕ ਨੇ ਰਿਪੋਰਟ ਕੀਤਾ ਗੇਸਟਾਪੋ ਦਾ ਵਿਸ਼ਾਲ ਵਿੜਾ ਜਿੱਥੇ ਹੁਣ ਪੱਥਰ ਤੇ ਮਲਬਾ ਖਿਲ ਰਿਆ ਪਿਆ ਸੀ ਦਰਜਨਾ ਜਾਂ ਸ਼ਾਇਦ ਸੈਂਕੜੇ ਕਾਰਾਂ ਤੇ ਟਰੱਕਾਂ ਲਈ ਗਰਾਜ ਦੇ ਤੌਰ ਤੇ ਵਰਤਿਆ ਜਾਂਦਾ ਸੀ ਗੋਲੇ ਬਾਰੂਦ ਨਾਲ ਤਬਾਹ ਹੋ ਗਏ ਕੁਝ ਟਰੱਕ ਕਾਰਾਂ ਅਜੇ ਵੀ ਉੱਥੇ ਸਨ ਮੈਂ ਜੋ ਫੇਰੇ ਨਜ਼ਰ ਮਾਰੀ ਬੰਕਰਲਾ ਸ਼ਾਂ ਬੰਬਾ ਨਾਲ ਪੈਗੇਟ ਟੋਏ ਵੇਲੇ ਦੀ ਇੱਕ ਨੁੱਕਰ 'ਚ ਸੈਪਰਜਨਾ ਕੋਲ ਸੁਰੰਗ ਦੀ ਸੂਚਨਾ ਦੇਣ ਵਾਲੇ ਯੰਤਰ ਸਨ ਫਾਟਕ ਦੇ ਨੇੜੇ ਗੈਸ ਜਨਰੇਟਰਾਂ ਵਾਲਾ ਇੱਕ ਲੰਮਾ ਟਰੱਕ ਖੜਾ ਸੀ ਪਿਛਲਾ ਫਟਾ ਸੁਟਿਆ ਹੋਇਆ ਸੀ ਤੇ ਅੰਦਰ ਤਰਪਾਲ ਹੇਠ ਕੱਜੀ ਸ਼ੁੱਟ ਸਟਾਫ ਦੀ ਕਾਲੀ ਵਰਦੀ 'ਚ ਇੱਕ ਅਫਸਰ ਦੀ ਦੇਹ ਤੇ ਵੱਡੇ ਸਾਰੇ ਬੰਡਲਾਂ 'ਚ ਵੱਜੀਆਂ ਮੋਟੀਆਂ-ਮੋਟੀਆਂ ਫਾਈਲਾਂ ਤੇ ਗੁਪਤ ਰਿਪੋਰਟਾਂ ਸੈਨਿਕ ਟਰੱਕ 'ਚ ਚੜ ਗਿਆ ਤੇ ਬੰਦਲਾਂ ਨੂੰ ਧੂਕ ਕੇ ਸਿਰ 'ਤੇ ਲੈ ਆਇਆ ਮੈਂ ਆਪਣੀ ਛੁਰੀ ਨਾਲ ਰस्सियां ਕੱਟ ਦਿੱਤੀਆਂ ਇਹ ਆਮੀ ਗਰੁੱਪ ਸੈਂਟਰ ਦੀ ਗਜ਼ਪ ਗੁਪਤ ਜੰਗੀ ਪੁਲਿਸ ਦੀਆਂ ਦਸਤਾਵੇਜ਼ਾਂ ਸਨ ਜਿਹਨਾਂ ਉਤੇ 1943-44 ਦੀਆਂ ਤਾਰੀਖਾਂ ਸਨ ਤਾਜ਼ੀਰੀ ਕਾਰਵਾਈਆਂ ਦੀਆਂ ਰਿਪੋਰਟਾਂ ਏਜੰਟਾਂ ਦੇ ਸੰਦੇਸ਼ ਖੋਜ ਤਲਾਸ਼ੀ ਦੇ ਹੁਕਮ ਪਛਾਣ ਚਿੰਨ੍ਹ ਤੇ ਰਿਕਾਰਡ ਪਿੰਨ-ਪਿੰਨ ਚਿੱਠੀਆਂ ਤੇ ਗੁਪਤ ਰਿਪੋਰਟਾਂ ਦੀਆਂ ਨਕਲਾਂ ਜਿਨ੍ਹਾਂ ਤੋਂ ਉਹਨਾਂ ਦੀ ਬਹਾਦਰੀ ਤੇ ਬੁਜ਼ਦਿਲੀ ਦੀਆਂ ਕਹਾਣੀਆਂ ਦਾ ਗੋਲੀ ਨਾਲ ਉਡਾ ਦਿੱਤੇ ਗਏ ਲੋਕਾਂ ਤੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਉਹਨਾਂ ਕੋਲੋਂ ਬਦਲੇ ਲਏ ਫੜੇ ਗਏ ਲੋਕਾਂ ਤੇ ਨਾ ਫੜੇ ਗਏ ਲੋਕਾਂ ਦਾ ਪਤਾ ਲੱਗਦਾ ਸੀ ਇਹਨਾਂ ਦਸਤਾਵੇਜ਼ਾਂ 'ਚ ਮੇਰੀ ਖਾਸ ਦਿਲਚਸਪੀ ਸੀ ਮੁਜ਼ੀਰ ਤੇ ਪੇਤਰੀਕੋ ਰਿਚਿਤ ਸਾ ਤੇ ਪਿੰਸਕ ਗੋਮੇਲ ਤੇ ਪੁਲਿਸੀ ਇਲਾਕਿਆਂ ਦੀ ਉਹ ਸਭ ਜਾਣੀਆਂ ਪਛਾਣੀਆਂ ਤਾਂ ਆਵਾਂ ਮੇਰੀਆਂ ਅੱਖਾਂ 'ਗੇ ਸਾਕਾਰ ਹੋ ਗਈਆਂ ਸਨ ਜਿਨ੍ਹਾਂ ਵਿੱਚ ਉਹਦੀ ਸਾਡੀਆਂ ਮੋਹਰ ਲੀਆਂ ਸਫਾਂ ਲੱਗੀਆਂ ਸਨ ਫਾਈਲਾਂ ਵਿੱਚ ਨਿਰਾਜ ਫਾਰਮ ਵੀ ਥੋੜੇ ਨਹੀਂ ਸਨ ਜਿਨ੍ਹਾਂ ਵਿੱਚ ਉਹਨਾਂ ਲੋਕਾਂ ਬਾਰੇ ਸੰਖੇਪ ਜਾਣਕਾਰੀ ਦਰਜ ਸੀ ਜਿਨ੍ਹਾਂ ਨੂੰ ਗੁਪਤ ਪੁਲਿਸ ਲੱਭ ਰਹੀ ਸੀ ਜਾਂ ਜਿਹੜੇ ਲੱਭ ਲਏ ਗਏ ਸਨ ਇਹਨਾਂ ਵਿੱਚੋਂ ਕੁਝ ਫਾਰਮਾਂ ਉਤੇ ਸਬੰਧਤ ਬੰਦਿਆਂ ਦੀਆਂ ਤਸਵੀਰਾਂ ਵੀ ਚਿਪਕਾਈਆਂ ਹੋਈਆਂ ਸਨ ਇਹ ਕੌਣ ਹੈ ਟਰੱਕ ਅੰਦਰ ਖੜਾ ਸੈਨਿਕ ਵਕ-ਵਕ ਫਾਰਮ ਆਉਂ ਤੇ ਆਪਣੀ ਗੰਡਲ ਉਂਗਲੀ ਰੱਖ ਕੇ ਮੈਨੂੰ ਪੁੱਛਦਾ ਕਾਮਰੇਟ ਕਪਤਾਨ ਇਹ ਕੌਣ ਹੈ ਉਹਨੂੰ ਕੋਈ ਜਵਾਬ ਦਿੱਤੇ ਬਗੈਰ ਮੈਂ ਪੱਥਰ ਹੋਇਆ ਪੱਤਰੇ ਪਲਟਾਈ ਜਾਂਦਾ ਸੀ ਇੱਕ ਤੋਂ ਮਗਰੋਂ ਦੂਜੀ ਫਾਈਲ ਫੁੱਲੀ ਜਾਂਦਾ ਸੀ ਤੇ ਉਸ ਮੀਂਹ ਨੂੰ ਵੀ ਭੁੱਲਿਆ ਹੋਇਆ ਸੀ ਜਿਹੜਾ ਸਾਨੂੰ ਗੜੁੱਚ ਕਰ ਰਿਹਾ ਸੀ ਹਾਂ ਸਾਡੀ ਜਿੱਤ ਦੀ ਉਹ ਸ਼ਾਨਦਾਰ ਦਿਹਾੜੇ ਬਰਲਿੰਗ ਵਿੱਚ ਮੀਂਹ ਪੈ ਰਿਹਾ ਸੀ ਮਟਿਆਲੇ ਅਸਮਾਨ ਤੋਂ ਮਹੀਨ ਠੰਡੀ ਕਿਰਮਣ ਕਿਰਮਣ ਲੋਡੇ ਵੇਲੇ ਨਾਲ ਜਾ ਕੇ ਅਸਮਾਨ ਨਿਤਰਿਆ ਤੇ ਧੁੰਦ ਦੇ ਧੂਏ ਵਿੱਚੋਂ ਸੂਰਜ ਨੇ ਚਾਤ ਪਾਈ। ਦਸ ਦਿਨ ਦੀ ਜ਼ਬਰਦਸਤ ਲੜਾਈ ਦੇ ਗਰਜਵੇਂ ਸ਼ੋਰ ਤੋਂ ਮਗਰੋਂ ਚੁੱਪ ਦਾ ਰਾਜ ਸੀ ਜਿਹਨੂੰ ਅਸੀਂ ਟੋਮੀ ਗੰਦੀਆਂ ਗੋਲੀਆਂ ਕਿਸੇ-ਕਿਸੇ ਵੇਲੇ ਤੋੜ ਦਿੰਦੀਆਂ ਸਨ। ਸ਼ਹਿਰ ਦੇ ਕੇਂਦਰ 'ਚ ਭਾਂਬੜ ਮਚ ਰਹੇ ਸਨ ਤੇ ਬਾਹਰਲੇ ਇਲਾਕਿਆਂ 'ਚ ਜਿੱਥੇ ਬਹੁਤ ਸਾਰੇ ਬਾਗ-ਬਗੀਚੇ ਸਨ ਭਰਪੂਰ ਸੋਸਣੀ ਫੁੱਲਾਂ ਦੀ ਮਹਿਕ ਹੋਰ ਸਾਰੀਆਂ ਮੁਸ਼ਕਿਲਾਂ ਉੱਤੇ ਭਾਰੂ ਸੀ। ਇੱਥੇ ਅੱਗ ਨਾਲ ਸੜਦੇ ਮਕਾਨਾਂ ਦੀ ਸਖਤ ਮੁਸ਼ਕ ਸੀ ਤੇ ਖੰਡਰਾ ਉੱਤੇ ਕਾਲਾ ਧੂਆਂ ਚੱਕਰ ਕੱਟ ਰਿਹਾ ਸੀ। ਅੰਦਰ ਲੈ ਜਾ ਸਭ ਕੁਝ ਮੈਂ ਆਖਰ ਬੰਡਲਾ ਵਾਲੇ ਇਸ਼ਾਰਾ ਕਰਦੇ ਆਕੇ ਤੇ ਜਿਹੜੀ ਫਾਈਲ ਮੈਂ ਹੱਥ ਫੜੀ ਹੋਈ ਸੀ ਉਹਨੂੰ ਆਪ ਮੁਹਾਰੇ ਖੋਲ ਲਿਆ ਇਸ ਉੱਤੇ ਮੈਂ ਨਜ਼ਰ ਮਾਰੀ ਤੇ ਮੇਰੇ ਦਿਲ ਦੀ ਜਿਵੇਂ ਧੜਕਣ ਰੁਕ ਗਈ ਹੋਵੇ ਫਾਰਮ ਉੱਤੇ ਚਿਪਕਾਈ ਤਸਵੀਰ ਵਿੱਚ ਇਵਾਨ ਬੋਸਲੋ ਮੇਰੇ ਵੱਲ ਝਾਕ ਰਿਹਾ ਸੀ ਮੈਂ ਉਹਦੀਆਂ ਗੱਲਾਂ ਦੀਆਂ ਉੱਬਰੀਆਂ ਹੱਡੀਆਂ ਦੇ ਵਿੱਚਕਾਰ ਬਹੁਤੀ ਵਿਥਵਾਲੀਆਂ ਅੱਖਾਂ ਤੋਂ ਉਹਨੇ ਇੱਕਦਮ ਪਛਾਣ ਲਿਆ ਸੀ ਇੰਨੀ ਵਿਥਵਾਲੀਆਂ ਅੱਖਾਂ ਮੈਂ ਕਦੇ ਨਹੀਂ ਵੇਖੀਆਂ ਸੀ ਉਹਨੇ ਉਸੇ ਤਰ੍ਹਾਂ ਹੀ ਘੂਰੀ ਬੱਟੀ ਹੋਈ ਸੀ ਜਿਸ ਤਰ੍ਹਾਂ ਉਹ ਤੋਂ ਵੱਟੀ ਸੀ ਤੇ ਜਦੋਂ ਮੈਨੂੰ ਦਨੀਪੁਰ ਕੰਡੇ ਮੋਰਚੇ 'ਚ ਪਹਿਲੀ ਵਾਰ ਮਿਲਿਆ ਸੀ ਤੇ ਉਹਦੀ ਖੱਬੀ ਗੱਲ ਉੱਤੇ ਇੱਕ ਵੱਡਾ ਸਾਰਾ ਨੀਲ ਪਿਆ ਹੋਇਆ ਸੀ ਤਸਵੀਰ ਵਾਲਾ ਇਹ ਫਾਰਮ ਭਰਿਆ ਨਹੀਂ ਸੀ ਹੋਇਆ ਬੰਦੇ ਜਾਂਦੇ ਦਿਲ ਨਾਲ ਮੈਂ ਇਹਨੂੰ ਪਲਟਾ ਕੇ ਵੇਖਿਆ ਇਹ ਠਾਈਕ ਕਾਗਜ਼ ਪੈਨ ਨਾਲ ਜੋੜਿਆ ਹੋਇਆ ਸੀ ਜਿਸ ਉੱਤੇ ਕੁਝ ਟਾਈਪ ਕੀਤਾ ਹੋਇਆ ਸੀ ਦੂਜੀ ਜਰਮਨ ਨਾਮੀ ਦੀ ਗੁਪਤ ਜੰਗੀ ਪੁਲਿਸ ਤੇ ਮੁਖੀ ਦੀ ਰਿਪੋਰਟ ਦੀ ਨਕਲ ਸੀ ਇਹ ਲਿਖਿਆ ਸੀ ਨੰਬਰ ਸ਼ੈਲੂਨੀ ਨੇ 10 261243 ਗੁਪਤ ਆਮੀ ਗਰੁੱਪ ਸੈਂਟਰ ਦੀ ਜੰਗੀ ਪੁਲਿਸ ਦੇ ਮੁਖੀ ਵੱਲ 21 ਦਸੰਬਰ 1943 ਨੂੰ ਸਹਾਇਕ ਪੁਲਿਸ ਦੇ ਯਫੀਮ ਤਿਤਕੋਵ ਨੇ ਰੇਲਵੇ ਲਾਈਨ ਦੇ ਕੋਲ ਸਾਡੇ 23ਵੇਂ ਆਮੀ ਗੋਰ ਦੇ ਵਰਜੇ ਤੇ ਇਲਾਕੇ 'ਚ 10 ਜਾਂ 12 ਸਾਲ ਦਾ ਇੱਕ ਰੂਸੀ ਪਾੜਾ ਵੇਖਿਆ ਤੇ 2 ਘੰਟੇ ਉਸ ਉੱਤੇ ਨਿਗ੍ਹਾ ਰੱਖਣ ਮਗਰੋਂ ਫੜ ਲਿਆ ਜਿਹੜਾ ਬਰਫ਼ 'ਚ ਲੰਮਾ ਪਿਆ ਹੋਇਆ ਸੀ ਤੇ ਕਲਿੰਕੋ ਵਿੱਚੀ ਕਲਿੰਸਕ ਹਾਲਾ ਹਲਕੇ ਵਿੱਚ ਫੌਜੀ ਗੱਡੀਆਂ ਦਾ ਆਉਣਾ ਜਾਣਾ ਤਾੜ ਰਿਹਾ ਸੀ ਅਗਿਆਤ ਕੈਦੀ ਨੇ ਮਗਰੋਂ ਪਤਾ ਲੱਗਾ ਕਿ ਉਹਨੇ ਇਕ ਸਥਾਨਕ ਵਾਸੀ ਮਾਰਿਆ ਸੇਮੀਨਾ ਨੂੰ ਆਪਣਾ ਨਾਮ ਇਵਾਨ ਦੱਸਿਆ ਸੀ ਸਖਤ ਮੁਕਾਬਲਾ ਕੀਤਾ ਤਿਤਕੋਵ ਦੇ ਹੱਥ ਨੂੰ ਚੱਕ ਮਾਰੇ ਤੇ ਕਾਰਪੋਰਲ ਵਿੰਟਰਸ ਦੀ ਮਦਦ ਨਾਲ ਹੀ ਜਿਹੜਾ ਸੁਭਬ ਨਾਲ ਮੌਕੇ ਤੇ ਮੌਜੂਦ ਸੀ ਉਸ ਮੁੰਡੇ ਨੂੰ ਜੰਗੀ ਪੁਲਿਸ ਕੋਲ ਲਿਆਂਦਾ ਗਿਆ ਇਹ ਸਿੱਧ ਹੋ ਚੁੱਕਾ ਹੈ ਕਿ ਇਵਾਨ ਕਈ ਦਿਨਾਂ ਤੋਂ ਕਈ ਰਾਤਾਂ ਤੇਵੀਂ ਕੋਰ ਦੀਆਂ ਸੱਪੰਦੀਆਂ ਚ ਗੁਜ਼ਾਰੀਆਂ ਭੀਕ ਮੰਗਦਾ ਰਿਹਾ ਇੱਕ ਵੇਲੇ ਪਈ ਗਹਾਈ ਵਾਲੇ ਕੋਠੇ ਤੇ ਢਾਰੇ ਚ ਸੌਂਦਾ ਰਿਹਾ ਉਹਦੀਆਂ ਹੱਥਾਂ ਪੈਰਾਂ ਦੀਆਂ ਉਂਗਲਾਂ ਬਰਫ਼ ਨਾਲ ਸੁੰਨ ਹੋ ਗਈਆਂ ਸਨ। ਕੁਝ ਹੱਦ ਤੱਕ ਗਲ ਵੀ ਗਈਆਂ ਸਨ। ਤਲਾਸ਼ੀ ਲੈਣ ਵੇਲੇ ਇਵਾਨ ਕੋਲੋਂ ਦੀ ਜੇਪਾਂ ਚੋਂ ਇੱਕ ਰੁਮਾਲ 110 ਕਬਜ਼ੇ ਹਥਲੇ ਇਲਾਕੇ ਵਾਲੇ ਮਾਰਕ ਮਿਲੇ। ਕੋਈ ਸਬੂਤ ਨਹੀਂ ਮਿਲਿਆ ਕਿ ਉਹ ਦਾ ਛਾਪੇ ਮਾਰਾਂ ਨਾਲ ਸਬੰਧ ਸੀ ਜਾਂ ਉਹ ਜਸੂਸੀ ਕਰਦਾ ਸੀ। ਵਿਲੱਖਣ ਪਛਾਣ ਚਿੰਨ ਰੀੜ ਦੀ ਹੱਡੀ ਦੇ ਵਿੱਚ ਕਾਰ ਵੱਡਾ ਸਾਰਾ ਜ਼ਖਮ ਚਿੰਨ ਤੇ ਖੱਬੇ ਮੋਢੇ ਦੀ ਹੱਡੀ ਉੱਤੇ ਇੱਕ ਛਰੀਟ ਗੋਲੀ ਦੇ ਜ਼ਖਮ ਦਾ ਨਤੀਜਾ ਮੇਜਰ ਫਾਨ ਬਿਸਿੰਗ ਉਬੇਰ ਲੈਫਟਿਨੈਂਟ ਕਲਿਆਮਟ ਤੇ ਸਰਜੈਂਟ ਮੇਜਰ ਸ਼ਟੇਮਰ ਨੇ 4 ਦਿਨ ਤੇ 4 ਰਾਤਾਂ ਪੂਰੀ ਤਰ੍ਹਾਂ ਦੀ ਸਖਤੀ ਨਾਲ ਪੁੱਛਗਿੱਛ ਕੀਤੀ ਇਵਾਨ ਨੇ ਕੋਈ ਐਸੀ ਗੱਲ ਨਹੀਂ ਦੱਸੀ ਜਿਸ ਨਾਲ ਉਹਦੀ ਪਛਾਣ ਪੱਕ ਕਰਨ ਜਾਂ ਜਾਣਨ 'ਚ ਮਦਦ ਮਿਲ ਸਕੇ ਕਿ ਉਹ ਵਰਜੇਤ ਇਲਾਕੇ 'ਚ ਤੇ ਤੈੰਵੀ ਆਮੀ ਕੋਰ ਦੀਆਂ ਸਬੰਧੀਆਂ 'ਚ ਕਿਉਂ ਆਇਆ ਸੀ ਤੇ ਕੀ ਕਰ ਰਿਹਾ ਸੀ ਪੁੱਛਗਿੱਛ ਦੇ ਦੌਰਾਨ ਉਹ ਅੜਬ ਢੰਗ ਨਾਲ ਪੇਸ਼ ਆਇਆ ਤੇ ਜਰਮਨ ਫੌਜ ਤੇ ਜਰਮਨ ਸਲਤਨਤ ਵੱਲ ਆਪਣੀ ਦੁਸ਼ਮਣੀ ਵਾਲੇ ਵਤੀਰੇ ਨੂੰ ਲੁਕਾਇਆ ਨਹੀਂ ਸੁਪਰੀਮ ਕਮਾਂਡਰ ਇਨ ਚੀਫ ਦੀਆਂ 11 ਨਵੰਬਰ 1942 ਦੀਆਂ ਹਦਾਇਤਾਂ ਅਨੁਸਾਰ ਕੈਦੀ ਨੰਬਰ 251243 ਨੂੰ ਸਵੇਰ ਦੇ 6:55 ਵਜੇ ਗੋਲੀ ਮਾਰ ਦਿੱਤੀ ਗਈ ਨਾਲ ਨਥੀ ਰਸੀਦ ਮੁਤਾਬਕ ਤਿਤਕੋਵ ਨੂੰ 100 100 ਮਾਰਕ ਦਾ ਇਨਾਮ ਦਿੱਤਾ ਗਿਆ ਅਕਤੂਬਰ ਦਸੰਬਰ 1957 ਧੰਨਵਾਦ